एक अजिहा पिंड जिथे अज तक कदे भी मीह नहीं पिया, जेकर गलती दे नाल तुहाडी अख दे विच कदे फेविक्विक चलिया जावे तां तुहाडी अख दा की हाल होवेगा। की तुहानूं पता है KGF 2 फिल्म दे ट्रेलर ने फिल्मां दी दुनिया दे विच एक नवां रिकॉर्ड बना दिता है। जिहड़ा यूरेनस ग्रह है उसका पुराना नाम जॉर्ज है। अजिही रोचक तत जानने लई जुड़े रहो मेरे नाल। मैं हां तुहाडा होस्ट जसप्रीत सिंह, तुसीं देख रहे हो जियो टीवी। साल 1960 ਦੇ ਵਿੱਚ ਕਲਰ ਟੀਵੀ ਦੀ ਕਾਢ ਕੱਢੀ ਗਈ ਤੇ ਪੂਰੀ ਦੁਨੀਆ ਦੇ ਵਿੱਚ ਫੈਲ ਗਿਆ। ਪਰ ਕੀ ਤੁਹਾਨੂੰ ਕਮਾਲ ਦਾ ਇਫੈਕਟ ਪਤਾ ਹੈ ਕਿ ਜਦੋਂ ਕਲਰ ਟੀਵੀ ਨਹੀਂ ਸਨ, ਸਿਰਫ ਬਲੈਕ ਐਂਡ ਵਾਈਟ ਟੀਵੀ ਸਨ, ਉਸ ਸਮੇਂ ਤੱਕ ਲੋਕਾਂ ਨੂੰ ਜ਼ਿਆਦਾਤਰ ਬਲੈਕ ਐਂਡ ਵਾਈਟ ਸੁਪਨੇ ਆਉਂਦੇ ਸਨ। ਪਰ ਜਦੋਂ ਕਲਰ ਟੀਵੀ ਦੀ ਕਾਢ ਕੱਢੀ ਗਈ, ਉਸ ਤੋਂ ਬਾਅਦ ਹੀ ਲੋਕਾਂ ਨੂੰ ਕਲਰਫੁੱਲ ਸੁਪਨੇ ਆਉਣ ਲੱਗੇ। ਪਹਿਲਾਂ ਲੋਕਾਂ ਦੇ 90% ਸੁਪਨੇ ਬਲੈਕ ਐਂਡ ਵਾਈਟ ਹੁੰਦੇ ਸਨ ਤੇ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੇ 90% ਸੁਪਨੇ ਕਲਰ ਹੁੰਦੇ ਨੇ ਤੇ 10% ਸੁਪਨੇ ਹੀ ਬਲੈਕ ਐਂਡ ਵਾਈਟ ਹੁੰਦੇ ਨੇ। ਜੇਕਰ ਮੈਂ ਨਾਮ ਲਵਾਂ ਸਾਊਦੀ ਅਰਬ ਦਾ ਤਾਂ ਇਹ ਸੁਣਦੇ ਹੀ ਤੁਹਾਡੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਆਏਗਾ ਰੇਤਾ, ਤੇਲ, ਸ਼ੇਖ ਅਤੇ ਊਠ। ਪਰ ਕੀ ਤੁਸੀਂ ਜਾਣਦੇ ਹੋ ਸਾਊਦੀ ਅਰਬ ਦੇ ਵਿੱਚ ਜਿਹੜੇ ਊਠ ਨੇ ਉਹ ਅਸਲ ਦੇ ਵਿੱਚ ਸਾਊਦੀ ਅਰਬ ਦੇ ਹੈ ਹੀ ਨਹੀਂ। ਅੱਜ ਦੇ ਦਿਨ ਸਾਊਦੀ ਅਰਬ ਦੇ ਵਿੱਚ ਜਿੰਨੇ ਵੀ ਊਠ ਨੇ ਉਹਨਾਂ ਦੇ ਵਿੱਚੋਂ 45% ਊਠ ਉਹ ਨੇ ਜਿਹੜੇ ਕਿ ਆਸਟ੍ਰੇਲੀਆ ਤੋਂ ਸਾਊਦੀ ਅਰਬ ਦੇ ਵਿੱਚ ਭੇਜੇ ਗਏ ਸਨ ਤੇ 55% ਸਾਊਦੀ ਅਰਬ ਦੇ ਵਿੱਚ ਉਹ ਊਠ ਹਨ ਜਿਹੜੇ ਕਿ ਇਹਨਾਂ ਆਸਟ੍ਰੇਲੀਆ ਤੋਂ ਭੇਜੇ ਗਏ ਊਠਾਂ ਦੇ ਵੰਸ਼ਜ ਨੇ। ਤੁਹਾਡੀ ਲਾਈਫ ਦੇ ਵਿੱਚ ਕੋਈ ਨਾ ਕੋਈ ਐਕਟਰ ਜਾਂ ਐਕਟਰੈਸ ਜ਼ਰੂਰ ਅਜਿਹੀ ਹੋਵੇਗੀ ਜਿਸ ਦੇ ਬਾਰੇ ਤੁਸੀਂ ਚਾਹੁੰਦੇ ਹੋ ਕਿ ਮੇਰੀ ਲੁੱਕ ਬਿਲਕੁਲ ਇਸ ਦੇ ਵਰਗੀ ਦਿਸੇ ਤੇ ਉਹਨਾਂ ਵਰਗੇ ਦਿਖਣ ਦੇ ਲਈ ਕਈ ਲੋਕ YouTube ਦੇ ਕਈ ਫਾਰਮੂਲੇ ਵੀ ਯੂਜ਼ ਕਰਦੇ ਨੇ। ਤੁਸੀਂ ਉਹਨਾਂ ਵਰਗੇ ਦਿਖਾਈ ਦੇਣ ਲਈ ਕੁਝ ਵੀ ਕਰ ਲਓ, ਪਰ ਹਾਰਵਰਡ ਚੇਵਰ ਜਿੰਨਾ ਨਹੀਂ ਕਰ ਪਾਉਂਗੇ। ਕਾਮਿਕ ਬੁੱਕ ਵਾਲੇ ਸੁਪਰਮੈਨ ਬਣਨ ਦੇ ਲਈ ਇਹਨਾਂ ਨੇ ਆਪਣੇ ਚਿਹਰੇ ਦੀਆਂ 23 ਸਰਜਰੀਆਂ ਕਰਵਾਈਆਂ ਤੇ ਕਰੋੜਾਂ ਰੁਪਏ ਖਰਚ ਕੀਤੇ ਬਸ ਸਿਰਫ ਕਾਮਿਕ ਬੁੱਕ ਵਾਲੇ ਸੁਪਰਮੈਨ ਦੀ ਤਰ੍ਹਾਂ ਦਿਖਾਈ ਦੇਣ ਲਈ। ਤੁਸੀਂ ਹੁਣ ਧਿਆਨ ਦੇ ਨਾਲ ਇਸ ਪਿਆਰੇ ਜਿਹੇ ਜਾਨਵਰ ਨੂੰ ਦੇਖੋ। ਇਹ ਹੈ ਜੀ ਨੋਮਬੈਟ। ਇਹ ਬਹੁਤ ਹੀ ਛੋਟਾ ਹੁੰਦਾ ਹੈ ਪਰ ਉਨਾ ਹੀ ਖਤਰਨਾਕ ਹੁੰਦਾ ਹੈ। ਇਹ ਤੁਹਾਨੂੰ ਜਾਨ ਤੋਂ ਵੀ ਮਾਰ ਸਕਦਾ ਹੈ ਕਿਉਂਕਿ ਇਹ ਜ਼ਹਿਰੀਲਾ ਹੁੰਦਾ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਇਸ ਦੀ ਜਿਹੜੀ ਪੋਟੀ ਹੁੰਦੀ ਹੈ ਉਹ ਰਾਉਂਡ ਨਹੀਂ ਬਲਕਿ ਸਕੁਅਰ ਸ਼ੇਪ ਦੀ ਹੁੰਦੀ ਹੈ। ਇਹ ਅਜਿਹੀ ਪੋਟੀ ਇਸ ਲਈ ਕਰਦਾ ਹੈ ਕਿਉਂਕਿ ਉਹ ਰੁੜ ਕੇ ਕਿਸੇ ਹੋਰ ਥਾਂ ਤੇ ਨਾ ਚਲੀ ਜਾਵੇ, ਕਿਉਂਕਿ ਇਹ ਆਪਣੀ ਪੋਟੀ ਦੇ ਨਾਲ ਹੀ ਆਪਣੇ ਏਰੀਏ ਦੀ ਨਿਸ਼ਾਨੀ ਲਗਾਉਂਦੇ ਨੇ। ਅਸੀਂ ਤੁਹਾਨੂੰ ਆਪਣੀ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਸੇਬ ਦੀਆਂ 7000 ਤੋਂ ਵੀ ਜ਼ਿਆਦਾ ਕਿਸਮਾਂ ਮੌਜੂਦ ਹਨ। ਇਸ ਕਰਕੇ ਸੇਬ ਪੂਰੀ ਦੁਨੀਆ ਦੇ ਵਿੱਚ ਕਈ ਤਰ੍ਹਾਂ ਦੇ ਸਾਈਜ਼ ਦੇ ਵਿੱਚ ਮਿਲਦੇ ਨੇ। ਕਈ ਸੇਬਾਂ ਦਾ ਸਾਈਜ਼ ਤਾਂ ਬਿਲਕੁਲ ਬੇਰੀ ਜਿੰਨਾ ਹੁੰਦਾ ਹੈ ਤੇ ਜਾਪਾਨ ਦੇ ਕੋਟਰਾਬੀਨ ਸੇਬ ਇੱਕ ਆਦਮੀ ਦੇ ਚਿਹਰੇ ਜਿੰਨੇ ਵੱਡੇ ਹੁੰਦੇ ਨੇ ਤੇ ਮਹਿੰਗੇ ਵੀ ਕਾਫੀ ਹੁੰਦੇ ਨੇ। ਇਸ ਦੁਨੀਆ ਦੇ ਵਿੱਚ ਜਿੰਨੇ ਵੀ ਐਨੀਮਲ ਨੇ, ਚਾਹੇ ਉਹ ਹਿਊਮਨ ਹੋਣ, ਰੈਪਟਾਈਲਸ ਹੋਣ ਜਾਂ ਕੈਟ ਹੋਣ, ਇਹ ਸਾਰੇ ਆਪਣੀ ਜੀਭ ਨੂੰ ਬਾਹਰ ਕੱਢ ਸਕਦੇ ਹਨ ਸਿਰਫ ਕ੍ਰੋਕੋਡਾਈਲ ਜਾਨਕਿ ਮਗਰਮੱਛ ਨੂੰ ਛੱਡ ਕੇ, ਕਿਉਂਕਿ ਮਗਰਮੱਛ ਦੀ ਜੀਭ ਜਵਾੜਿਆਂ ਦੇ ਹੇਠਲੇ ਹਿੱਸੇ ਦੇ ਨਾਲ ਜੁੜੀ ਹੁੰਦੀ ਹੈ। ਇਸ ਕਰਕੇ ਮਗਰਮੱਛ ਕਦੇ ਵੀ ਆਪਣੀ ਜੀਭ ਨੂੰ ਬਾਹਰ ਨਹੀਂ ਕੱਢ ਸਕਦਾ। ਜੇਕਰ ਤੁਹਾਨੂੰ ਯਕੀਨ ਨਹੀਂ ਹੁੰਦਾ ਤਾਂ ਤੁਸੀਂ ਇਹ ਚੀਜ਼ ਨੂੰ ਸੋਚੋ ਕਿ ਤੁਸੀਂ ਲਾਸਟ ਟਾਈਮ ਕਦੋਂ ਕਿਸੇ ਮਗਰਮੱਛ ਨੂੰ ਜੀਭ ਕੱਢੇ ਹੋਏ ਦੇਖਿਆ ਸੀ। ਜੇਕਰ ਅਸੀਂ ਇਨਸਾਨਾਂ ਦੀ ਗੱਲ ਕਰੀਏ ਤਾਂ ਕੁਝ ਇਨਸਾਨ ਲੈਫਟੀ ਜਾਨਕਿ ਖੱਬੂ ਹੁੰਦੇ ਨੇ, ਜਿਹੜਾ ਕਿ ਆਪਣਾ ਸਾਰਾ ਕੰਮ ਖੱਬੇ ਹੱਥ ਦੇ ਨਾਲ ਕਰਦੇ ਨੇ, ਪਰ ਅਜਿਹਾ ਦੂਜੇ ਜਾਨਵਰਾਂ ਦੇ ਵਿੱਚ ਨਹੀਂ ਹੁੰਦਾ। ਜਿਵੇਂ ਕਿ ਜਿਹੜੇ ਪੋਲਰ ਬੀਅਰ ਹੁੰਦੇ ਨੇ ਉਹ ਸਾਰੇ ਲੈਫਟ ਹੈਂਡ ਜਾਨਕਿ ਖੱਬੂ ਹੁੰਦੇ ਨੇ ਤੇ ਆਪਣਾ ਜ਼ਿਆਦਾਤਰ ਕੰਮ ਆਪਣੇ ਖੱਬੇ ਹੱਥ ਦੇ ਨਾਲ ਹੀ ਕਰਦੇ ਨੇ। ਅੱਜ ਤੱਕ ਪੂਰੀ ਦੁਨੀਆ ਦੇ ਵਿੱਚ ਅਜਿਹਾ ਇੱਕ ਵੀ ਪੋਲਰ ਬੀਅਰ ਨਹੀਂ ਮਿਲਿਆ ਜਿਹੜਾ ਕਿ ਆਪਣਾ ਕੰਮ ਸੱਜੇ ਹੱਥ ਦੇ ਨਾਲ ਕਰਦਾ ਹੋਵੇ। ਜੇਕਰ ਤੁਸੀਂ ਸਵੇਰੇ ਜਲਦੀ ਉੱਠਣਾ ਹੈ ਜਾਂ ਉਸ ਟਾਈਮ ਤੇ ਉੱਠਣਾ ਹੈ ਜਿਸ ਟਾਈਮ ਤੇ ਤੁਸੀਂ ਹਮੇਸ਼ਾ ਨਹੀਂ ਉੱਠਦੇ, ਤਾਂ ਤੁਹਾਨੂੰ ਅਲਾਰਮ ਕਲੌਕ ਯੂਜ਼ ਕਰਨਾ ਪਵੇਗਾ। ਪਰ ਦੁਨੀਆ ਦੇ ਵਿੱਚ ਕੁਝ ਅਜਿਹੇ ਵੀ ਲੋਕ ਹੁੰਦੇ ਨੇ ਜਿਨ੍ਹਾਂ ਦੇ ਕੋਲ ਨੈਚੁਰਲ ਯਾਨੀ ਕਿ ਕੁਦਰਤੀ ਆਪਣਾ ਅਲਾਰਮ ਕਲੌਕ ਹੁੰਦਾ ਹੈ ਜਿਸ ਦੇ ਨਾਲ ਉਹ ਆਪਣੇ ਆਪ ਨੂੰ ਜਿੰਨੇ ਵਜੇ ਚਾਹੁਣ ਉਨੇ ਵਜੇ ਉਠਾ ਸਕਦੇ ਨੇ। ਇਹ ਸਾਰਾ ਕੁਝ ਨੈਚੁਰਲ ਸਟ੍ਰੈਸ ਹਾਰਮੋਨ ਦੇ ਕਾਰਨ ਹੁੰਦਾ ਹੈ। ਆਸਟ੍ਰਿਚ ਦੇ ਜਿਹੜੇ ਆਂਡੇ ਹੁੰਦੇ ਨੇ ਉਹ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਆਂਡੇ ਹੁੰਦੇ ਨੇ। ਇਹਨਾਂ ਦਾ ਤੇ ਨਾਰਮਲ ਮੁਰਗੀ ਦੇ ਆਂਡਿਆਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ, ਤੁਸੀਂ ਜਿਵੇਂ ਕਿ ਆ ਫੋਟੋ ਦੇ ਵਿੱਚ ਦੇਖ ਸਕਦੇ ਹੋ। ਜੇਕਰ ਇਹਨਾਂ ਦਾ ਕੰਪੈਰੀਜ਼ਨ ਕੀਤਾ ਜਾਵੇ ਤਾਂ ਇੱਕ ਚਿਕਨ ਯਾਨੀ ਕਿ ਮੁਰਗੀ ਦੇ ਆਂਡੇ ਦੇ ਮੁਕਾਬਲੇ ਤੁਸੀਂ ਇੱਕ ਆਸਟ੍ਰਿਚ ਦੇ ਆਂਡੇ ਤੋਂ 11 ਆਮਲੇਟ ਬਣਾ ਸਕਦੇ ਹੋ। ਇੰਡੀਆ ਦੇ ਵਿੱਚ ਤੁਸੀਂ ਦੇਖਿਆ ਹੀ ਹੋਵੇਗਾ ਜੇਕਰ ਤੁਹਾਡੇ ਚਿਹਰੇ ਦੇ ਉੱਪਰ ਮੌਲ ਯਾਨੀ ਕਿ ਤਿਲ ਹੁੰਦੇ ਨੇ ਤਾਂ ਲੋਕ ਉਸ ਦਾ ਆਪਣਾ ਇੱਕ ਅਲੱਗ ਹੀ ਮਤਲਬ ਬਣਾਉਂਦੇ ਨੇ ਤੇ ਕਈ ਤਿਲਾਂ ਦੇ ਇੰਡੀਆ ਦੇ ਵਿੱਚ ਨਾਮ ਵੀ ਹੁੰਦੇ ਨੇ ਜਿਨ੍ਹਾਂ ਨੂੰ ਕਿ ਬਿਊਟੀ ਮਾਰਕ ਕਿਹਾ ਜਾਂਦਾ ਹੈ। ਪਰ ਇੱਥੇ ਇੱਕ ਫੈਕਟ ਇਹ ਵੀ ਹੈ ਕਿ ਸਾਲ 1880 ਦੇ ਵਿੱਚ ਇੱਕ ਟ੍ਰੈਂਡ ਯਾਨੀ ਕਿ ਰੁਝਾਨ ਚੱਲਿਆ ਸੀ ਨਕਲੀ ਤਿਲ ਲਗਾਉਣ ਦਾ। ਉਦੋਂ ਲੋਕ ਨਕਲੀ ਤਿਲ ਆਪਣੇ ਚਿਹਰੇ ਦੇ ਉੱਪਰ ਲਗਾਉਂਦੇ ਸਨ ਜਿਹੜੇ ਕਿ ਲੈਦਰ ਤੇ ਵੈਲਵਟ ਦੇ ਬਣੇ ਹੁੰਦੇ ਸਨ ਤੇ ਉਸ ਟਾਈਮ ਲੋਕਾਂ ਨੂੰ ਅਜਿਹਾ ਲੱਗਦਾ ਸੀ ਕਿ ਉਹ ਇਹ ਤਿਲ ਲਗਾਉਣ ਦੇ ਨਾਲ ਜ਼ਿਆਦਾ ਖੂਬਸੂਰਤ ਦਿਸਦੇ ਨੇ। ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਐਪਲ ਯਾਨੀ ਕਿ ਸੇਬ ਦਾ ਦਰਖਤ ਲਗਾਉਂਦੇ ਹੋ ਤਾਂ ਉਸ ਦੇ ਉੱਪਰ ਜਦੋਂ ਸੀਜ਼ਨ ਆਏਗਾ ਤਾਂ ਸਿਰਫ ਸੇਬ ਹੀ ਲੱਗਣਗੇ। ਪਰ ਕੀ ਤੁਹਾਨੂੰ ਪਤਾ ਹੈ ਕਿ ਸੈਲਡ ਟ੍ਰੀ ਨਾਮ ਦਾ ਇੱਕ ਦਰਖਤ ਹੁੰਦਾ ਹੈ ਜਿਸ ਦੇ ਉੱਪਰ ਇੱਕ ਸੀਜ਼ਨ ਦੇ ਵਿੱਚ ਸੇਬ ਉੱਗਦੇ ਨੇ ਤੇ ਅਗਲੇ ਸੀਜ਼ਨ ਦੇ ਵਿੱਚ ਚੀਕੂ ਉੱਗਦੇ ਨੇ ਤੇ ਇਸ ਦੇ ਉੱਪਰ ਹਰ ਸੀਜ਼ਨ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਫਰੂਟ ਲੱਗਦੇ ਨੇ। ਇਹ ਕੋਈ ਜਾਦੂ ਨਹੀਂ ਹੈ ਬਲਕਿ ਇਸ ਦੇ ਵਿੱਚ ਇੱਕ, ਦੋ ਜਾਂ ਕਈ ਵਾਰ 4 ਫਰੂਟਾਂ ਨੂੰ ਮਰਚ ਕਰਕੇ ਇੱਕ ਨਵਾਂ ਦਰਖਤ ਬਣਾਇਆ ਜਾਂਦਾ ਹੈ ਜਿਸ ਦੇ ਨਾਲ ਹਰ ਸੀਜ਼ਨ ਦੇ ਵਿੱਚ 3 ਜਾਂ 4 ਤਰ੍ਹਾਂ ਦੇ ਫਰੂਟ ਇੱਕ ਹੀ ਦਰਖਤ ਦੇ ਉੱਪਰ ਲੱਗਦੇ ਹਨ ਤੇ ਇੰਡੀਆ ਦੇ ਵਿੱਚ ਇਸ ਨੂੰ ਕਲਮ ਚੜਾਉਣੀ ਕਿਹਾ ਜਾਂਦਾ ਹੈ। ਬਿੱਲੀ ਦੇ ਸਰੀਰ ਦੇ ਅੰਦਰ 230 ਹੱਡੀਆਂ ਹੁੰਦੀਆਂ ਨੇ ਜਿਹੜੀ ਕਿ ਇੱਕ ਇਨਸਾਨ ਤੋਂ ਕਿਤੇ ਜ਼ਿਆਦਾ ਵੱਧ ਹਨ। ਪਰ ਦੂਜੇ ਜਾਨਵਰਾਂ ਤੋਂ ਅਲੱਗ ਬਿੱਲੀ ਦੀ ਪੂਛ ਦੇ ਵਿੱਚ ਵੀ ਹੱਡੀਆਂ ਹੁੰਦੀਆਂ ਨੇ। ਸੱਪ ਦੀ ਤਰ੍ਹਾਂ ਬਿੱਲੀ ਦੀ ਪੂਛ ਦੇ ਵਿੱਚ ਵੀ ਉਸਦੇ ਸਰੀਰ ਦੀਆਂ 10% ਹੱਡੀਆਂ ਹੁੰਦੀਆਂ ਹਨ।
ਸਾਡੇ ਇਨਸਾਨਾਂ ਦੇ ਦੋਸਤ ਜਾਂ ਫਰੈਂਡ ਹੁੰਦੇ ਨੇ ਜਿਨ੍ਹਾਂ ਨਾਲ ਅਸੀਂ ਆਪਣੀਆਂ ਗੱਲਾਂ ਸ਼ੇਅਰ ਕਰ ਸਕਦੇ ਹਾਂ, ਪਰ ਕੀ ਤੁਹਾਨੂੰ ਪਤਾ ਹੈ ਜਿਹੜੇ ਕਾਓ ਜਾਣ ਕੇ ਗਾਵਾਂ ਹੁੰਦੀਆਂ ਨੇ ਉਹਨਾਂ ਦੇ ਫਰੈਂਡ ਅਤੇ ਬੈਸਟ ਫਰੈਂਡ ਹੁੰਦੇ ਨੇ ਜਿਨ੍ਹਾਂ ਨੂੰ ਆਪਣੀ ਭਾਸ਼ਾ ਦੇ ਵਿੱਚ ਕਮਿਊਨੀਕੇਟ ਜਾਣ ਕੇ ਗੱਲਬਾਤ ਕਰਦੀਆਂ ਨੇ? ਜੇਕਰ ਇਹਨਾਂ ਦੇ ਬੈਸਟ ਫਰੈਂਡ ਨੂੰ ਇਹਨਾਂ ਤੋਂ ਦੂਰ ਕਰ ਦਿੱਤਾ ਜਾਵੇ ਤਾਂ ਇਹ ਬਹੁਤ ਜ਼ਿਆਦਾ ਡਿਪਰੈਸ ਹੋ ਜਾਂਦੀਆਂ ਨੇ ਅਤੇ ਦੁੱਧ ਦੇਣਾ ਬੰਦ ਕਰ ਦਿੰਦੀਆਂ ਨੇ। ਇਨਸਾਨ ਨੂੰ ਟੈਕਲ ਕਰਨ ਤੇ ਗੁਦਗੁਦੀ ਹੁੰਦੀ ਹੈ ਤੇ ਉਹ ਉਸ ਦੇ ਉੱਪਰ ਕੰਟਰੋਲ ਨਹੀਂ ਕਰ ਪਾਉਂਦਾ, ਪਰ ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਸਾਰੇ ਐਪਸ ਨੂੰ ਗੁਦਗੁਦੀ ਹੁੰਦੀ ਹੈ? ਮੌਂਕੀ ਗਰਿੱਲਾਂ ਨੂੰ ਛੱਡ ਕੇ ਕਿਸੇ ਵੀ ਐਨੀਮਲ ਨੂੰ ਗੁਦਗੁਦੀ ਨਹੀਂ ਹੁੰਦੀ। ਪਾਣੀ ਤੋਂ ਬਾਅਦ ਧਰਤੀ ਦੇ ਉੱਪਰ ਜੋ ਸਭ ਤੋਂ ਜ਼ਿਆਦਾ ਚੀਜ਼ ਫੈਲੀ ਹੋਈ ਹੈ ਉਹ ਜ਼ਮੀਨ ਨਹੀਂ ਬਲਕਿ ਬੱਦਲ ਹਨ। ਹਰ ਸਮੇਂ ਧਰਤੀ ਦਾ 60% ਹਿੱਸਾ ਬੱਦਲਾਂ ਦੇ ਨਾਲ ਹੀ ਢੱਕਿਆ ਹੁੰਦਾ ਹੈ। ਧਰਤੀ ਦੇ ਉੱਪਰ ਸਿਰਫ 21% ਹੀ ਲੈਂਡ ਹੈ। ਤੁਹਾਨੂੰ ਪਤਾ ਹੀ ਹੋਵੇਗਾ ਕਿ 19ਵੀਂ ਸਦੀ ਦੇ ਵਿੱਚ ਲੜਕੀਆਂ ਜਾਣੀ ਕਿ ਔਰਤਾਂ ਨੂੰ ਇੰਨੀ ਜ਼ਿਆਦਾ ਸਪੋਰਟ ਨਹੀਂ ਕੀਤੀ ਜਾਂਦੀ ਸੀ ਅਤੇ ਕਿਸੇ ਵੀ ਚੀਜ਼ ਨੂੰ ਲੈ ਕੇ ਉਹਨਾਂ ਨੂੰ ਡਰਾ ਕੇ ਪਿੱਛੇ ਕਰ ਦਿੱਤਾ ਜਾਂਦਾ ਸੀ। ਇਵੇਂ ਹੀ ਜਦੋਂ 19ਵੀਂ ਸਦੀ ਦੇ ਵਿੱਚ ਕੁੜੀਆਂ ਨੂੰ ਸਾਈਕਲ ਨੂੰ ਲੈ ਕੇ ਕਰੇਜ਼ ਵਧਿਆ ਤਾਂ ਡਾਕਟਰਾਂ ਨੇ ਉਹਨਾਂ ਨੂੰ ਇਸ ਤੋਂ ਪਿੱਛੇ ਕਰਨ ਦੇ ਲਈ ਇੱਕ ਨਵੀਂ ਹੀ ਬਿਮਾਰੀ ਬਣਾ ਦਿੱਤੀ। ਇਸ ਬਿਮਾਰੀ ਦਾ ਨਾਮ ਸੀ ਦਾ ਸਾਈਕਲ ਫੇਸ। ਡਾਕਟਰਾਂ ਦਾ ਕਹਿਣਾ ਸੀ ਕਿ ਸਾਈਕਲ ਚਲਾਉਂਦੇ ਸਮੇਂ ਕੁੜੀਆਂ ਜਿਹੜਾ ਫੇਸ ਬਣਾਉਂਦੀਆਂ ਨੇ ਉਹ ਫੇਸ ਉਹਨਾਂ ਦਾ ਹਮੇਸ਼ਾ ਦੇ ਰਹਿ ਜਾਵੇਗਾ ਜੇਕਰ ਉਹਨਾਂ ਨੇ ਸਾਈਕਲ ਚਲਾਉਣਾ ਨਾ ਛੱਡਿਆ। ਤੇ ਇਹ ਅਫਵਾਹ ਫੈਲਣ ਤੋਂ ਬਾਅਦ ਔਰਤਾਂ ਦੇ ਵਿੱਚ ਸਾਈਕਲ ਚਲਾਉਣ ਦਾ ਰੁਝਾਨ ਘਟ ਗਿਆ। ਇਸ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਫਲ ਮੌਜੂਦ ਨੇ, ਪਰ ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਦੁਨੀਆ ਦਾ ਸਭ ਤੋਂ ਛੋਟਾ ਫਲ ਕਿਹੜਾ ਹੈ ਤਾਂ ਤੁਹਾਡਾ ਜਵਾਬ ਹੋਵੇਗਾ ਬੇਰੀ। ਪਰ ਜੋ ਦੁਨੀਆ ਦਾ ਸਭ ਤੋਂ ਛੋਟਾ ਫਲ ਹੈ ਉਹ ਬੇਰੀ ਤੋਂ ਵੀ 100 ਗੁਣਾ ਛੋਟਾ ਹੈ ਤੇ ਉਸ ਦਾ ਨਾਮ ਹੈ ਜੁਨਟੀਕਲ। ਇਹ ਇੱਕ ਕੀੜੀ ਤੋਂ ਵੀ ਛੋਟਾ ਹੁੰਦਾ ਹੈ ਤੇ ਖਾਣ ਦੇ ਵਿੱਚ ਇਸ ਦਾ ਸਵਾਦ ਖੱਟਾ ਹੁੰਦਾ ਹੈ। ਜੁਰੇਨੀਅਸ ਸਾਡੇ ਸੂਰਜ ਮੰਡਲ ਦਾ 7ਵਾਂ ਗ੍ਰਹਿ ਹੈ, ਪਰ ਕੀ ਤੁਹਾਨੂੰ ਪਤਾ ਹੈ ਜੁਰੇਨੀਅਸ ਦਾ ਅਸਲੀ ਨਾਮ ਜੁਰੇਨੀਅਸ ਨਹੀਂ ਬਲਕਿ ਜਾਰਜ ਹੈ? ਉਸ ਦਾ ਇਹ ਨਾਮ ਰੱਖਿਆ ਸੀ ਵਿਲੀਅਮ ਹਰਸ਼ਚਲ ਨੇ। ਉਹਨਾਂ ਨੇ ਸਨ 1781 ਦੇ ਵਿੱਚ ਇਸ ਪਲੈਨਟ ਦੀ ਖੋਜ ਕੀਤੀ ਸੀ ਤੇ ਇਸ ਦਾ ਨਾਮ ਉਹਨਾਂ ਨੇ ਜਾਰਜ ਟ੍ਰੀ ਨੂੰ ਟ੍ਰਿਬਿਊਟ ਦੇਣ ਦੇ ਲਈ ਰੱਖਿਆ ਸੀ, ਜਿਹੜੇ ਕਿ ਉਹਨਾਂ ਦੇ ਇਨਸਪੀਰੇਸ਼ਨ ਸਨ। ਸੀ ਓਟਰ ਨੂੰ ਪਾਣੀ ਦਾ ਸਭ ਤੋਂ ਤੇਜ਼ ਐਨੀਮਲ ਕਿਹਾ ਜਾਵੇ ਤਾਂ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੋਵੇਗਾ, ਕਿਉਂਕਿ ਇਸ ਦੀ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਸਪੀਡ ਹੁੰਦੀ ਹੈ ਤੇ ਸਪੀਡ ਦੇ ਨਾਲ ਨਾਲ ਇਹ ਦੇਖਣ ਦੇ ਵਿੱਚ ਵੀ ਕਾਫੀ ਕਿਊਟ ਲੱਗਦਾ ਹੈ। ਇਹਨਾਂ ਦੀ ਬਾਹ ਦੇ ਥੱਲੇ ਇੱਕ ਸੀਕ੍ਰੀਟ ਪਾਕਟ ਵੀ ਹੁੰਦੀ ਹੈ ਜਿਸ ਦੇ ਅੰਦਰ ਇਹ ਆਪਣੀ ਪਸੰਦ ਦੇ ਚਮਕੀਲੇ ਪੱਥਰ ਰੱਖਦੇ ਨੇ ਤੇ ਕਈ ਵਾਰ ਇਹਨਾਂ ਦੀ ਪਾਕਟ ਦੇ ਵਿੱਚੋਂ ਸੋਨਾ ਅਤੇ ਡਾਇਮੰਡ ਵੀ ਮਿਲੇ ਨੇ। ਕੀ ਹੋਵੇਗਾ ਜੇਕਰ ਮੈਂ ਤੁਹਾਨੂੰ ਕੋਈ ਗੱਲ ਕਹਾਂ ਤੇ ਤੁਸੀਂ ਉਸ ਗੱਲ ਨੂੰ 3 ਸੈਕਿੰਡ ਦੇ ਅੰਦਰ ਹੀ ਭੁੱਲ ਜਾਵੋ? ਜੇਕਰ ਅਜਿਹਾ ਹੀ ਧਰਤੀ ਦੇ ਸਾਰੇ ਇਨਸਾਨਾਂ ਦੇ ਨਾਲ ਹੋਣ ਲੱਗੇ ਤਾਂ ਸਾਡਾ ਕੀ ਹਾਲ ਹੋਵੇਗਾ? ਹੁਣ ਤੁਸੀਂ ਗੋਲਡ ਫਿਸ਼ ਬਾਰੇ ਸੋਚੋ ਕਿ ਜਿਸ ਦੀ ਮੈਮਰੀ ਸਿਰਫ 3 ਸੈਕਿੰਡ ਤੱਕ ਹੀ ਹੁੰਦੀ ਹੈ, ਉਹ ਕੁਝ ਵੀ ਦੇਖੇ, ਕੁਝ ਵੀ ਸੁਣੇ ਜਾਂ ਕੁਝ ਵੀ ਮਹਿਸੂਸ ਕਰੇ ਉਸ ਨੂੰ ਸਿਰਫ 3 ਸੈਕਿੰਡ ਬਾਅਦ ਭੁੱਲ ਜਾਂਦੀ ਹੈ। ਇਸ ਨੂੰ ਆਂਡੇ ਦੇਣ ਤੋਂ ਬਾਅਦ ਇਹ ਵੀ ਯਾਦ ਨਹੀਂ ਰਹਿੰਦਾ ਕਿ ਇਹ ਉਸ ਦੇ ਆਂਡੇ ਨੇ। ਸਮੁੰਦਰ ਦੇ ਵਿੱਚ ਕਈ ਤਰ੍ਹਾਂ ਦੀਆਂ ਮੱਛੀਆਂ ਹੁੰਦੀਆਂ ਨੇ ਤੇ ਹਰੇਕ ਮੱਛੀ ਦੀਆਂ ਆਪਣੀਆਂ ਅਲੱਗ-ਅਲੱਗ ਖੂਬੀਆਂ ਹੁੰਦੀਆਂ ਨੇ। ਸਮੁੰਦਰ ਦੇ ਵਿੱਚ ਸ਼ਾਰਕ ਇੱਕ ਅਜਿਹੀ ਮੱਛੀ ਹੈ ਜਿਹੜੀ ਕਿ ਪਾਣੀ ਦੇ ਵਿੱਚ ਆਪਣੀਆਂ ਦੋਵੇਂ ਅੱਖਾਂ ਬੰਦ ਕਰ ਸਕਦੀ ਹੈ, ਸੌਂਦੇ ਸਮੇਂ ਵੀ ਅਤੇ ਤੈਰਦੇ ਸਮੇਂ ਵੀ। ਕਿ ਮਾਲਾ ਇੱਕ ਦੁਨੀਆ ਦਾ ਅਜਿਹਾ ਪਿੰਡ ਹੈ ਜਿੱਥੇ 1501 ਈਸਵੀ ਤੋਂ ਬਾਅਦ ਅੱਜ ਤੱਕ ਕਦੇ ਵੀ ਮੀਂਹ ਨਹੀਂ ਪਿਆ। ਜੀ ਇਹ ਬਿਲਕੁਲ ਸੱਚ ਹੈ, ਇਸ ਪਿੰਡ ਦੇ ਵਿੱਚ 400 ਸਾਲਾਂ ਤੋਂ ਕਦੇ ਵੀ ਮੀਂਹ ਨਹੀਂ ਪਿਆ। ਇਹ ਸਾਡੀ ਧਰਤੀ ਦਾ ਸਭ ਤੋਂ ਸੁੱਕਾ ਏਰੀਆ ਹੈ। KGF 2 ਫਿਲਮ ਦਾ ਜਦੋਂ ਤੋਂ ਟ੍ਰੇਲਰ ਆਇਆ ਹੈ ਹਰ ਥਾਂ ਇਸ ਦੀ ਉਦੋਂ ਤੋਂ ਹੀ ਚਰਚਾ ਹੋ ਰਹੀ ਹੈ। ਇਸ ਦੇ ਟ੍ਰੇਲਰ ਨੇ YouTube ਦੇ ਉੱਪਰ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ ਜਿਸ ਦੇ ਕਾਰਨ ਇਸ ਦੇ ਸਿਰਫ 2 ਦਿਨਾਂ ਦੇ ਵਿੱਚ ਹੀ 100 ਮਿਲੀਅਨ ਵਿਊ ਹੋ ਗਏ ਤੇ ਇਸ ਨੂੰ 2 ਦਿਨ ਦੇ ਵਿੱਚ ਹੀ 6.8 ਮਿਲੀਅਨ ਲਾਈਕ ਆ ਗਏ। ਇਸ ਤੋਂ ਪਹਿਲਾਂ YouTube ਦਾ ਇਹ ਰਿਕਾਰਡ ਅਵੈਂਜਰ ਦਾ ਐਂਡ ਗੇਮ ਦੇ ਟ੍ਰੇਲਰ ਦੇ ਨਾਮ ਸੀ। ਫੈਵੀਕਵਿਕ ਕਾਫੀ ਕਮਾਲ ਦੀ ਚੀਜ਼ ਹੈ, ਇਹ ਕਿਸੇ ਵੀ ਚੀਜ਼ ਨੂੰ ਚੁਟਕੀਆਂ ਦੇ ਵਿੱਚ ਚਿਪਕਾ ਸਕਦੀ ਹੈ, ਪਰ ਅਜਿਹਾ ਕਰਦੇ ਸਮੇਂ ਜੇਕਰ ਉਸਦੀ ਇੱਕ ਬੂੰਦ ਤੁਹਾਡੀ ਅੱਖ ਦੇ ਵਿੱਚ ਚਲੀ ਜਾਵੇ ਤਾਂ ਕੀ ਹੋਵੇਗਾ? ਕੀ ਤੁਸੀਂ ਅੰਨੇ ਹੋ ਜਾਓਗੇ ਜਾਂ ਤੁਹਾਡੀਆਂ ਅੱਖਾਂ ਹਮੇਸ਼ਾ ਦੇ ਲਈ ਜੁੜ ਜਾਣਗੀਆਂ? ਤਾਂ ਇਸ ਦਾ ਜਵਾਬ ਹੈ ਬਿਲਕੁਲ ਵੀ ਨਹੀਂ, ਇਸ ਤਰ੍ਹਾਂ ਕਦੇ ਵੀ ਨਹੀਂ ਹੋਵੇਗਾ। ਇਹ ਇੱਕ ਰਸਾਇਣਿਕ ਲਿਕੁਇਡ ਹੈ ਤੇ ਕਈ ਵਾਰ ਚੀਜ਼ਾਂ ਨੂੰ ਜੋੜਦੇ ਸਮੇਂ ਇਸ ਦੇ ਛਿੱਟੇ ਇਨਸਾਨ ਦੀਆਂ ਅੱਖਾਂ ਦੇ ਵਿੱਚ ਚਲੇ ਜਾਂਦੇ ਨੇ ਤੇ ਅਜਿਹਾ ਹੋਣ ਤੇ ਤੁਹਾਨੂੰ ਬਿਲਕੁਲ ਵੀ ਨਹੀਂ ਘਬਰਾਉਣਾ ਚਾਹੀਦਾ, ਕਿਉਂਕਿ ਇਹ ਆਰਾਮ ਦੇ ਨਾਲ ਬਾਹਰ ਨਿਕਲ ਜਾਂਦਾ ਹੈ। ਤੁਸੀਂ ਪਾਣੀ ਦੇ ਛਿੱਟੇ ਮਾਰੋ ਤਾਂ ਇਹ ਉਸ ਦੇ ਨਾਲ ਤੁਹਾਡੀ ਅੱਖਾਂ ਦੇ ਵਿੱਚ ਬਾਹਰ ਨਿਕਲ ਜਾਵੇਗਾ, ਪਰ ਜੇਕਰ ਤੁਹਾਡੀ ਅੱਖਾਂ ਦੀਆਂ ਪਲਕਾਂ ਦੇ ਉੱਪਰ ਲੱਗ ਜਾਵੇ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਇਹ ਸਨ ਜੀ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਬਾਰੇ ਕੁਝ ਰੋਚਕ ਤੱਥ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ YouTube ਦੇ ਚੈਨਲ ਜੋਟ TV ਅਤੇ Facebook ਦੇ ਚੈਨਲ ਜੋਟ TV ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।